ਸਿੰਘ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਫਲੋਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਸਤਲੁਜ ਪੁਲ ਤੇ ਹਾਈਟੈਕ ਨਾਕੇ ਦੌਰਾਨ ਇੱਕ ਵਿਅਕਤੀ ਅਵਤਾਰ ਸਿੰਘ ਪੁੱਤਰ ਹਰਦੇਵ ਸਿੰਘ ਨੂੰ ਭਾਰਤੀ ਕਰੰਸੀ 6,50,000 ਸਮੇਤ ਕਾਬੂ ਕੀਤਾ। ਜਦੋਂ ਇਸ ਮੌਕੇ ਆਰੋਪੀ ਅਵਤਾਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਤੇਜਿੰਦਰ ਸਿੰਘ ਦੁਸਾਂਝ ਕਲਾ ਨੇ ਦੱਸਿਆ ਕਿ ਚੋਣਾਂ ਨੂੰ ਮੁੱਖ ਰੱਖਦੇ ਹੋਏ ਇੱਕ ਵਿਅਕਤੀ ਤੋਂ 6,50,000 ਰੁਪਏ ਫੜਿਆ ਗਿਆ ਹੈ। ਹਾਂਜੀ ਸਰ, ਮੈਂ ਤੇਜਿੰਦਰ ਸਿੰਘ, ਲੈਕਚਰਾਰ ਦੁਸਾਂਝ ਕਲਾ। ਹਾਈਟੈਕ ਇਲਾਕੇ ਦੇ ਉੱਪਰ ਅੱਜ 6,50,000 ਰੁਪਇਆ ਇੱਕ ਵਿਅਕਤੀ ਕੋਲੋਂ ਫੜਿਆ ਗਿਆ। ਇਲੈਕਸ਼ਨ ਨੂੰ ਮੁੱਖ ਰੱਖਦਿਆਂ ਜਿਹੜੀ ਚੈਕਿੰਗ ਚੱਲ ਰਹੀ ਸੀ ਉਹਦੇ ਦੌਰਾਨ ਇਹ 6,50,000 ਫੜਿਆ ਗਿਆ। ਇਹ ਬੰਦਾ ਜਿਹੜਾ ਸੀ ਅਵਤਾਰ ਸਿੰਘ, ਸਨ ਆਫ ਪਰਚੇਤ ਸਿੰਘ, ਵਿਲੇਜ ਇੰਦਰਗੜ੍ਹ, ਤਹਿਸੀਲ ਸੰਗਰੀਆ, ਡਿਸਟ੍ਰਿਕਟ ਹਨੂੰਮਾਨਗੜ੍ਹ, ਰਾਜਸਥਾਨ ਤੋਂ ਆਇਆ ਸੀਗਾ ਅਤੇ ਅਗਲੇਰੀ ਕਾਰਵਾਈ ਜਿਹੜੀ ਆ ਉਹਦੇ ਲਈ ਹੈ, ਜਿਹੜੀ ਰਾਸ਼ੀ ਆ ਉਹ ਜ਼ਬਤ ਕਰ ਲਈ ਗਈ ਆ ਔਰ ਅਗਲੇਰੀ ਕਾਰਵਾਈ ਦੀ ਉਹਨਾਂ ਨੂੰ ਸਪੁਰਦ ਕਰ ਦਿੱਤੀ ਗਈ। ਉੱਧਰ ਪੁਲਿਸ ਨੇ ਭਰੋਸਾ ਦਿੱਤਾ ਕਿ ਪ੍ਰੂਫਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਭਾਰਤ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਉਹਦੇ ਚੈਕਿੰਗ ਕਰ ਰਹੇ ਸੀ। ਬੱਸ ਦੇ ਵਿੱਚੋਂ ਇੱਕ ਬੰਦਾ ਉਤਰਿਆ ਜਿਹਦੇ ਪਾਸ 6,50,000 ਰੁਪਇਆ ਰਿਕਵਰ ਹੋਇਆ। ਰਿਕਵਰ ਹੋਣ ਵਾਲੇ ਬੰਦੇ ਦਾ ਨਾਮ ਅਵਤਾਰ ਸਿੰਘ ਆ ਔਰ ਰਾਜਸਥਾਨ ਦਾ ਰਹਿਣ ਵਾਲਾ, ਜੋ ਅੰਮ੍ਰਿਤਸਰ ਜਾ ਰਿਹਾ ਸੀ ਲੇਕਿਨ ਆਪਣੇ ਪੈਸਿਆਂ ਦਾ ਕੋਈ ਪ੍ਰੂਫ ਪੇਸ਼ ਨਹੀਂ ਕਰ ਸਕਿਆ। ਕੀ ਕਾਰਵਾਈ ਸਰ? ਕਾਰਵਾਈ ਬੰਦੇ ਬੁਲਾ ਕੇ ਸਟੈਟਿਕ ਟੀਮਾਂ ਸੀ, ਉਹਨਾਂ ਦੇ ਹਵਾਲੇ ਕਰ ਦਿੱਤਾ। ਬਾਕੀ ਜੋ ਪੈਸੇ ਪ੍ਰੂਫ ਦੇ ਕੇ ਆਪਣਾ ਦੱਸੂਗਾ ਮੁਤਾਬਕ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ।